ਹਾਂਜੀ, ਕੀ ਹਾਲ ਚਾਲ ਆ ਬਾਈ ਤੁਹਾਡੇ ਸਾਰਿਆਂ ਦੇ? ਵੈਲਕਮ ਆ ਜੀ ਤੁਹਾਡਾ ਇੱਕ ਵਾਰ ਫੇਰ ਤੋਂ ਆਪਣੇ ਨਵੇਂ ਫਾਰਮ ਤੇ। ਜਿਵੇਂ ਕਿ ਤੁਸੀਂ ਪਿਛਲੇ ਐਪੀਸੋਡ 'ਚ ਦੇਖਿਆ ਹੋਣਾ ਕਿ ਆਪਣੇ ਇੱਕ ਨਵਾਂ ਉਡਾਣ ਰੱਖਿਆ ਰਾਂ, ਅਤੇ ਆਪਾਂ ਨੇ ਪਿਛਲੇ ਐਪੀਸੋਡ 'ਚ ਜੌਂ ਵੱਢੇ ਸੀਗੇ, ਠੀਕ ਹੈ ਵੀਰੇ, ਜਿਹਨੂੰ ਇੰਗਲਿਸ਼ 'ਚ ਓਟ ਕਹਿੰਦੇ ਨੇ, ਠੀਕ ਹੈ ਜੀ। ਉਹਦੇ ਵਿੱਚ ਆਪਣੇ ਕੋਲ ਦੋ ਟਰਾਲੀਆਂ ਭਰੀਆਂ ਹੋਈਆਂ ਨੇ, ਅਤੇ 2-3% ਆਪਣੀ ਮਸ਼ੀਨ 'ਚ ਵੀ ਪਈ ਹੈ, ਕਿਉਂਕਿ ਆਪਣੇ ਕੋਲ ਟਰਾਲੀ ਨਹੀਂ ਸੀਗੀ। ਇੱਕ ਟਰਾਲੀ ਤਾਂ ਆਪਣੀ ਸੀਗੀ, ਇੱਕ ਟਰਾਲੀ ਆਪਣੇ ਕਿਰਾਏ 'ਤੇ ਲਿੱਤੀ ਸੀਗੀ। ਅਤੇ ਤੁਹਾਨੂੰ ਮੈਂ ਦੱਸ ਦਿੰਦਾ ਕਿ ਆਪਾਂ ਨੇ ਬੇਲਸ ਬਣਾਈਆਂ ਸੀਗੀਆਂ ਵੀਰੇ, ਮੈਂ ਥੋੜ੍ਹਾ ਟਾਈਮ ਔਫਲਾਈਨ ਖੇਡਿਆ ਸੀਗਾ। ਇਹ ਵੀ ਆਪਾਂ ਨੇ ਰੈਂਟ 'ਤੇ ਲਿੱਤਾ ਹੋਇਆ, ਠੀਕ ਹੈ ਜੀ। ਬੇਲਰ ਵੀ ਆਪਾਂ ਨੇ ਆਪਣੇ ਕੋਲ ਰੈਂਟ 'ਤੇ ਆ, ਅਤੇ ਜਿਹੜਾ ਬੇਲ ਚੱਕਦਾ ਵੀਰੇ, ਜਿਹੜਾ ਲੂਟਰ ਹੈ, ਬੇਲ ਲੂਟਰ, ਉਹ ਸਾਹਮਣੇ ਖੜਿਆ, ਉਹ ਵੀ ਆਪਣੇ ਕੋਲ ਰੈਂਟ 'ਤੇ ਆ, ਠੀਕ ਹੈ ਜੀ। ਅਤੇ ਇਸ ਐਪੀਸੋਡ ਦੇ ਵਿੱਚ ਆਪਾਂ ਬੇਲਸ ਚੱਕ ਕੇ ਵੇਚਦੇ ਹਾਂ, ਦੇਖਦੇ ਹਾਂ ਆਪਾਂ ਨੂੰ ਕਿੰਨੇ ਕੁ ਪੈਸੇ ਮਿਲਦੇ ਹੈ, ਠੀਕ ਹੈ ਜੀ। ਅਤੇ ਵੀਡੀਓ ਨੂੰ ਵੀਰੇ ਜੇ ਤੁਸੀਂ ਦੇਖ ਰਹੇ ਹੋ ਤਾਂ ਲਾਈਕ ਜ਼ਰੂਰ ਕਰ ਦਿਓ, ਅਤੇ ਚੈਨਲ ਸਬਸਕ੍ਰਾਈਬ ਕਰ ਦਿਓ, ਅਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਵੀਰੇ, ਤਾਂ ਕਿ ਤੁਹਾਨੂੰ ਮੇਰੀ ਵੀਡੀਓ 'ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ, ਠੀਕ ਹੈ ਜੀ। ਅਤੇ ਆਪਾਂ ਕਰਦੇ ਹਾਂ ਸਟਾਰਟ ਆਪਣਾ ਨਾਟ 11। ਇਹ ਟਰੈਲੀਆਂ ਆਪਾਂ ਹਜੇ ਇੱਥੇ ਖੜਾ ਕੇ ਰੱਖਾਂਗੇ, ਕਿਉਂਕਿ ਇਹਨਾਂ ਦਾ ਰੇਟ ਨਹੀਂ ਹੈਗਾ ਵੀਰੇ, ਅਤੇ ਆਪਣੇ ਕੋਲ ਕੋਈ ਸੀਲੋ ਵੀ ਨਹੀਂ ਹੈਗੀ ਜਿਹਦੇ ਵਿੱਚ ਆਪਾਂ ਸਟੋਰ ਕਰ ਸਕੀਏ, ਠੀਕ ਹੈ ਜੀ। ਜਦੋਂ ਤੱਕ ਆਪਾਂ ਇਹ ਫਾਰਮ ਨਹੀਂ ਖਰੀਦੇ ਉਦੋਂ ਤੱਕ ਆਪਾਂ ਇੱਦਾਂ ਹੀ ਕਿਰਾਏ ਦੇ ਲੈ ਲਏ ਟਰੈਲੀਆਂ ਭਰ ਸਕਦੇ ਹਾਂ ਜਾਂ ਫਿਰ ਵੇਟ ਕਰ ਸਕਦੇ ਹਾਂ, ਠੀਕ ਹੈ ਜੀ। ਅਤੇ ਇਹਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਲੋਡ ਬੇਲਸ ਨੂੰ। ਚੱਲ ਵੀ ਚੱਲ, ਜਿਵੇਂ ਤੁਸੀਂ ਦੇਖ ਰਹੇ ਹੋਵੋਗੇ ਆਪਾਂ ਨੇ ਇਹਦੇ ਵਿੱਚ ਇੱਕ ਮੋੜ ਪਾਇਆ ਵੀਰੇ, ਕਿ ਜੇ ਆਪਾਂ ਵੈਸੇ ਵੇਲਸ ਚੱਕਣ ਲੱਗੇ ਤਾਂ ਬਹੁਤ ਟਾਈਮ ਲੱਗਦਾ, ਆਪਣੇ ਇਹਦੇ ਵਿੱਚ ਇੱਕ ਆਟੋ ਲੋਡ ਦਾ ਮੋੜ ਪਾਇਆ, ਜਿਹਦੇ ਕਰਕੇ ਇਹ ਵੇਲਸ ਆਟੋਮੈਟਿਕਲੀ ਲੋਡ ਹੋ ਰਹੀਆਂ ਨੇ, ਠੀਕ ਹੈ ਜੀ। ਆਪਣੇ ਕੋਲ ਜਿੱਦਾਂ ਹੀ ਥੋੜ੍ਹੇ ਬਹੁਤੇ ਪੈਸੇ ਆਉਂਦੇ ਆ ਵੀਰੇ, ਆਪਾਂ ਆਪਣੇ ਨਾਟ 11 ਨੂੰ ਮੋਡੀਫਾਈ ਜ਼ਰੂਰ ਕਰਾਂਗੇ। ਬਸ ਆਪਣਾ ਟਰੈਲਾ ਭਰ ਲਈਏ ਇੱਕ ਵਾਰ, ਫੀਲਸ ਦਾ ਰੇਟ ਦੇਖ ਲਈਏ ਆਪਾਂ ਇੱਕ ਵਾਰੀ ਸਟਰੋ ਦਾ। ਐਨੀਮਲ ਡੀਲਰ ਟੈਕ ਪਲੇਸ ਮੈਪ 'ਤੇ ਦੇਖ ਲਈਏ ਇੱਕ ਵਾਰੀ ਕਿੱਥੇ ਗਾ ਇਹ ਐਨੀਮਲ ਡੀਲਰ। ਓਕੇ, ਇਹ ਹੈਗਾ ਸ਼ੋਪ ਵਾਲੀ ਸਾਈਡ। ਚਲੋ ਲੈ ਕੇ ਚੱਲਦੇ ਹਾਂ ਵੀਰੇ, ਇੱਦਾਂ ਚਲਾਉਣ 'ਚ ਜ਼ਿਆਦਾ ਮਜ਼ਾ ਟਰੈਕਟਰ ਨੂੰ। ਦੇਖਦੇ ਹਾਂ ਆਪਾਂ ਬੇਲਸ ਕਿੰਨੇ ਕੁ ਦੀ ਵੇਚ ਸਕਦੇ ਹਾਂ। ਆਹ ਫਾਰਮ ਲੈਣਾ ਜ਼ਰੂਰ ਹੈ ਵੀਰੇ, 24.5 ਲੱਖ ਰੁਪਏ ਦਾ। ਜਲਦੀ ਜਲਦੀ ਆਪਣੇ ਪੈਸੇ ਇਕੱਠੇ ਕਰਨੇ ਆ, ਹੈਗਾ ਤਾਂ ਅਜੇ ਕੁਛ ਨਹੀਂ ਬਟ ਕਰ ਲਾਂਗੇ ਜਲਦੀ।
ਇੱਕ ਹੀ ਚੱਕਰ ਪੈ ਗਿਆ। ਓਕੇ ਓਕੇ ਓਕੇ। ਲੋ ਭਾਈ 20,000 ਨੇ ਆਪਣੀਆਂ ਬੇਲਸ, ਉਹ ਤਾਂ ਕਰਕੇ ਨਹੀਂ ਅਨਲੋਡ ਹੋ ਰਹੀ ਸੀ ਕਿਉਂਕਿ ਆਪਣੇ ਬੈਲਟਾਂ ਨਹੀਂ ਉਹਨਾਂ ਦੀ ਖੋਲੀਆਂ ਸੀਗੀਆਂ। ਟਰੈਕਟਰ ਵੀ ਆਪਣਾ ਬਾਹਲਾ ਗੰਦਾ ਹੋ ਗਿਆ ਬਾਬੇ, ਤੁਹਾਡੀ ਆਪਣੇ ਕੋਲ ਹੈ ਹੀ ਨਹੀਂ ਕੋਈ ਹਲੇ ਤੱਕ ਕੁਛ ਵੀ ਸਰਵਿਸ ਸਟੇਸ਼ਨ ਕੁਛ ਵੀ, ਉਹ ਸਾਰਾ ਕੁਛ ਆਪਣੇ ਗੈਰੇਜ ਦੇ ਵਿੱਚ ਹੈ, ਉਹਦੇ ਵਿੱਚ ਫਾਰਮ ਦੇ ਵਿੱਚ ਜਿਹੜਾ ਆਪਣਾ ਖਰੀਦਣਾ। ਤੁਸੀਂ 69 ਚੈੱਕ ਕਰੋ ਯਾਰ, ਬਾਕੀ ਵੀਰੇ ਤੁਸੀਂ ਸੋਚ ਰਹੇ ਹੋਵੋਗੇ ਕਿ ਆਪਾਂ ਕਿਸੇ ਦੇ ਮੱਕੀ ਦੇ ਵਿੱਚ ਦੀ ਕਿਉਂ ਜਾ ਰਹੇ ਹਾਂ, ਕਿਉਂਕਿ ਵੀਰੇ ਜਿਹੜਾ ਇਹਦਾ ਰਸਤਾ ਹੈ ਨਾ ਆਪਣੇ ਖੇਤ ਨੂੰ ਜਾਣ ਦਾ, ਉਹ ਫਾਰਮ ਦੇ ਵਿੱਚ ਦੀ ਹੈ। ਜਦੋਂ ਤੱਕ ਆਪਾਂ ਉਹ ਫਾਰਮ ਨਹੀਂ ਖਰੀਦ ਸਕਦੇ ਆਪਾਂ ਨੂੰ ਰਸਤਾ ਨਹੀਂ ਖੁੱਲ੍ਹਿਆ, ਠੀਕ ਹੈ ਜੀ, ਉਦੋਂ ਤੱਕ ਆਪਾਂ ਖੇਤ ਦੇ ਵਿੱਚ ਦੀ ਹੀ ਜਾ ਸਕਦੇ ਹਾਂ। ਇਸੇ ਕਰਕੇ ਆਪਾਂ ਨੇ 7 ਨੰਬਰ ਖੇਤ ਨਹੀਂ ਖਰੀਦਿਆ ਕਿ ਆਪਣੀ ਫਸਲ ਖਰਾਬ ਹੋਣੀ ਸੀਗੀ। ਜੇ 20,000 ਦੀ ਟਰਾਲੀ ਵੀ ਕਰੀਏ ਤਾਂ ਵਧੀਆ ਯਾਰ, ਇਸ ਹਿਸਾਬ ਨਾਲ ਤਾਂ ਪੱਬੇ, ਇਸ ਹਿਸਾਬ ਨਾਲ ਤਾਂ ਫਿਰ ਮੈਨੂੰ ਲੱਗਦਾ ਆਪਾਂ ਨੂੰ ਓਟਸ ਹੀ ਬੀਜਣੀ ਚਾਹੀਦੀ ਅਗਲੀ ਵਾਰ, ਬੇਲਸ ਬਣਾਵਾਂਗੇ ਨਾਲੇ ਓਟਸ ਦਾ ਰੇਟ ਵੀ ਵਧੀਆ, ਕਣਕ ਨਾਲੋਂ ਜੌਂਆਂ ਦਾ ਚੰਗੇ ਪੈਸੇ ਵੱਟ ਸਕਦੇ ਹਾਂ ਆਪਾਂ, ਹੈ ਨਾ। ਦੇਖਦੇ ਹਾਂ ਚਲੋ ਕੀ ਬੀਜਦੇ ਹਾਂ ਨਾਲੇ ਇਸ ਵਾਰ ਤਾਂ। ਇੱਕ ਮਿੰਟ, ਆਟੋ ਲੋਡ ਤੇ ਲਾ ਦਈਏ ਇੱਕ ਵਾਰ। ਕਵਰ 'ਚ ਕਿੰਨੀ ਆਉਂਦੀਆਂ ਨੇ? 2, 2, 4, 2, 6, 2, 8, 8, 8, 8, 16, 24 ਵੇਲਸ ਆਉਂਦੇ ਨੇ, ਠੀਕ ਹੈ। ਕਿੰਨੀ ਮਿੱਟੀ ਜੰਮ ਗਈ ਯਾਰ ਮੇਰੇ ਆਪਣੇ ਟਰੈਕਟਰ 'ਤੇ ਆ।
ਕਿੱਥੇ ਚਲਾ ਗਿਆ? ਲੋੜ ਹੋਈ ਹੋਈ ਨਹੀਂ ਯਾਰ, ਦੁਬਾਰੇ ਘੁਮਾ ਕੇ ਲਾਉਣਾ ਇੱਕ ਵਾਰ ਟਰੈਕਟਰ। ਬੈਲਟਾਂ ਤਾਰੀਆਂ ਅਤੇ ਉਤਰ ਗਈਆਂ 15,400, ਉਹੀ 20,000 ਦੀਆਂ ਬੇਸ ਫੇਰ ਵਿਕੀਆਂ ਨੇ, ਥੋੜ੍ਹੀਆਂ ਹੀ ਰਹਿ ਗਈਆਂ ਬਾਬੇ, ਬਸ 82,000 ਰੁਪਇਆ ਆ ਗਿਆ। ਆਪਾਂ ਨੂੰ ਹੁਣ ਉਹ ਖਰੀਦਣਾ ਜਿਹਦੇ ਵਿੱਚ ਆਪਾਂ ਲਾਈਨ ਵੀ ਪਾ ਸਕੀਏ, ਰੇਰੂ ਪਾਉਣ ਲਈ ਮਸ਼ੀਨ ਹੈ ਜਿਹੜੀ, ਟਰਾਲੀ ਇੱਕ, ਪਤਾ ਨਹੀਂ ਕਿੰਨੇ ਕੁ ਦੀ ਹੈ, ਬਟ ਆਪਾਂ ਨੇ ਉਹ ਬਾਈ ਕਰਨੀ ਹੈ। ਇਸ ਤੋਂ ਬਾਅਦ ਉਹਦੀ ਆਪਾਂ ਨੂੰ ਬਹੁਤ ਜ਼ਰੂਰਤ ਹੈ, ਕਿਉਂਕਿ ਆਪਾਂ ਨੂੰ ਜਿੰਨਾ ਉਹਦਾ ਯੀਲਡ ਬੋਨਸ ਮਿਲੂਗਾ ਉਨੀ ਆਪਣੀ ਫਸਲ ਜ਼ਿਆਦਾ ਨਿਕਲੂਗੀ। ਖੇਤ ਦੇ ਵਿੱਚ ਸਾਰਾ ਕੁਝ ਪਾਉਣ ਲਈ ਆਪਾਂ ਨੂੰ ਚਾਹੀਦੀ ਜ਼ਰੂਰ ਹੈ। ਯਾਰ ਮੈਂ ਤਾਂ ਸੋਚ ਰਿਹਾ ਸੀ ਤੀਜੀ ਟਰਾਲੀ ਵੀ ਭਰੂਗੀ, ਬਟ ਨਹੀਂ, ਅੱਧੀ ਵੀ ਨਹੀਂ ਹੋਈ। ਚਲੋ ਜਿੰਨੀ ਹੈਗੀ ਫਿਰ ਉਨੀ ਵੇਚ ਆਉਂਦੇ ਹਾਂ। 10,000 ਦੀ ਤਾਂ ਹੋਊਗੀ, 10 ਦੀ ਤਾਂ ਨਹੀਂ ਹੁੰਦੀ, 7-8 ਹਜ਼ਾਰ ਦੀ ਹੋਊਗੀ ਮੇਰੇ ਹਿਸਾਬ ਨਾਲ ਤਾਂ।
ਕਿੱਥੇ ਚਲਿਆ ਗਿਆ? ਆਪਣੀ ਗਲਤੀ ਹੈ ਯਾਰ, ਆਪਾਂ ਹੀ ਕਿਸੇ ਹੋਰ ਪਾਸੇ ਦੇਖ ਰਹੇ ਸੀਗੇ। ਕਾਟਰੇਜੀ ਦਾ ਬੜਾ ਪੰਗਾ ਯਾਰ, ਬੈਕ ਨਹੀਂ ਹੁੰਦੀ ਸਹੀ ਤਰੀਕੇ ਨਾਲ। ਚੱਲ ਬੈਲਟ ਲਾ ਹੀ ਦਿੰਦੇ ਹਾਂ, ਸਿੱਧਾ ਹੀ ਜਾਵਾਂਗੇ, ਸਿੱਧੀ ਵੇਚ ਦੇਣੀ ਆਪਾਂ ਨੇ। ਕੋਈ ਬੈਲਟ ਲਾ ਕੇ ਤਾਂ ਪੰਗਾ ਹੀ ਕਰ ਲਿਆ ਯਾਰ। ਓਹੋ ਬੈਲਟਾਂ ਲਾ ਕੇ ਤਾਂ ਯਾਰ ਸਿਆਪਾ ਹੀ ਖੇਡ ਲਿਆ, ਦੋ ਫੇਸ ਹੀ ਗਿਰ ਗਈਆਂ ਆਪਣੀਆਂ, ਦੁਬਾਰੇ ਗੇੜਾ ਲਾਉਣਾ ਪੈਣਾ ਆਪਾਂ ਨੂੰ। ਦੋ ਫੇਸ ਪਿੱਛੇ ਗੇਮ ਵਾਲੇ ਥੋੜ੍ਹੇ ਪਾਗਲ ਤਾਂ ਨਹੀਂ ਹੈਗੇ, ਸਹੀ ਗੱਲ ਹੈ, ਆਪਾਂ ਹੀ ਥੋੜ੍ਹਾ ਜਿਹਾ ਆਪਣਾ ਦਿਮਾਗ ਜ਼ਿਆਦਾ ਵਰਤਦੇ ਹਾਂ। ਛੇ ਹਜ਼ਾਰ ਦੀਆਂ ਹੋ ਗਈਆਂ, ਉਹ ਵੀ ਦੋ ਫੇਸ ਜਿਹੜੀਆਂ ਉੱਥੇ ਗਿਰੀਆਂ ਉਹ ਵੀ ਚੱਕ ਦੀਏ, ਕਿਉਂਕਿ ਆਪਣੇ ਹੀ ਰਸਤੇ 'ਚ ਫਸਣਗੀਆਂ ਉਹ ਦੁਬਾਰਾ, ਫਿਰ ਆਪਾਂ ਨੇ ਆਉਣਾ ਜਾਣਾ ਇੱਧਰ ਦੀ ਹੈ, ਕਿਉਂਕਿ ਇਹ ਆਪਣੀ ਸ਼ੌਪ ਹੈ, ਇੱਥੋਂ ਆਪਣੇ ਖਰੀਦਣਾ ਉਹ ਰੇ ਪਾਉਣ ਵਾਲਾ ਅੱਜ ਦੇ ਐਪੀਸੋਡ ਦੇ ਵਿੱਚ। ਬੈਲਟਾਂ ਪਾਏ ਦਾ ਕਿੰਨਾ ਫਾਇਦਾ ਦੇਖ, ਚੱਲ ਬਈ ਬੈਲਟਾਂ ਦੇ ਚੈੱਕ ਕੋਲ ਉਹੀ 90,000 ਰੁਪਇਆ ਹੋ ਗਿਆ ਆਪਣੇ ਕੋਲ, ਹੁਣ ਲਈ ਇਹ ਰੇ ਪਾਉਣ ਵਾਲਾ ਜਿਹਦਾ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਇਹ ਆ ਗਈ ਆਪਣੀ ਸ਼ੋਪ, ਦਈਏ ਕੱਢ, ਸ਼ੋਪ ਕਰ ਲਈ ਓਪਨ। ਆਪਾਂ ਨੇ ਲੈਣਾ ਹੈ ਸਪਰੇਅਰ, ਨਹੀਂ ਲੈਣਾ ਸਪਰੇਅਰ ਵੀ ਲੈਣਾ ਪਊਗਾ ਆਪਾਂ ਨੂੰ, ਫਰਟੀਲਾਈਜ਼ਰ ਸਪਰੇਅਰ ਲੈਣਾ ਆਪਾਂ ਨੇ। ਇਹ ਵੀ 12 ਤੋਂ 18 ਮੀਟਰ ਹੋ ਸਕਦਾ, ਇਹ ਵੀ ਆਹੀ ਲੈ ਲੈਣਾ ਛੋਟੇ ਵਾਲਾ। ਪਤਲੇ ਟਾਇਰ ਠੀਕ ਰਹਿਣਗੇ, ਹਾਂ ਵਰਕਿੰਗ ਸਪੀਡ ਇਹਦੀ ਕਰ ਲੈਂਦੇ ਆਪਾਂ ਨੇ 27-28। ਹਾਂ ਉਹ ਤਾਂ ਚਾਹੀਦੀਆਂ ਨੇ ਆਪਾਂ ਨੂੰ, ਉਹਦੇ ਨਾਲ ਆਪਾਂ ਨੇ ਇਹ ਸੀਟ 18 ਮੀਟਰ ਦਾ ਹੋ ਜਾਂਦਾ। ਨੰਬਰ ਪਲੇਟ ਵੀ ਚੇਂਜ ਕਰਦੇ ਹਾਂ ਯਾਰ ਅੱਜ ਆਪਾਂ, ਇੱਦਾਂ ਆਹ ਨੰਬਰ ਪਲੇਟ ਲਾਉਂਦੇ ਆਪਾਂ, ਲਾਉਂਦੇ ਹਾਂ ਜੇ ਓ
VAN9964 सही है। रेड कलर कर देना नंबर प्लेट में। ओके कितने दिखोगे नंबर प्लेट देख भी रही है। ओके ठीक है सोहनी लग रही है, इन्हें उपा कर लेने बाय। ओहो छे तो खुले ही खोलिया होया है। ਪਾਣੀ ਦੇ ਵਿੱਚ ਪਾਉਣੀ ਆ ਲਾਈਮ ਸਭ ਤੋਂ ਪਹਿਲਾਂ। ਹਾਂ ਆ ਸੀ ਲਾਈਮ ਦੇ ਡੱਬੇ 4 5 6 7 8 ਖਰੀਦ ਲੈਂਦੇ ਹਾਂ, 8 ਤਾਂ ਪਏ ਜਾਣਗੇ ਇਸ ਹਿਸਾਬ ਨਾਲ। ਮੇਰਾ ਲੱਗਦਾ 8 'ਚ ਵੀ ਪੂਰਾ ਨਹੀਂ ਭਰੂਗਾ, ਭਰ ਜੂਗਾ, ਭਰਨਾ ਤਾਂ ਚਾਹੀਦਾ, ਭਰ ਜੂਗਾ। 40% 3 4 'ਚ ਹੋ ਗਿਆ, 3 'ਚ ਹੋਇਆ ਸਾਰੇ, ਭਰ ਜੂਗਾ ਭਰ ਜੂਗਾ। ਮੈਨੂੰ ਤਾਂ ਅਸੀਂ ਭਰੂਗਾ ਹੀ ਨਹੀਂ, ਪੁਲਿਸ ਕਿੱਥੋਂ ਆ ਗਈ? ਤੁਹਾਨੂੰ ਵੀ ਸੁਣਿਆ ਸਾਰਿਆਂ ਨੇ ਇਹ ਪੁਲਿਸ ਵਾਲਾ? ਕਿ ਜੇ ਤੁਸੀਂ ਨੋਟ ਕਰੋ ਜਿਉਂ ਜਿਉਂ ਵੇਟ ਪੈ ਰਿਹਾ ਵੀਰੇ, ਟਰੈਕਟਰ ਦੇ ਟਾਇਰ ਦੱਬ ਰਹੇ ਨੇ। ਕੀ ਗ੍ਰਾਫਿਕਸ ਨੇ ਯਾਰ ਬਾਬੇ, ਉਹ ਚਲੋ ਜੀ ਆਪਾਂ ਆਪਣਾ ਲਾਈਮ ਨਾਲ ਠੀਕ ਹੈ ਵੀਰੇ, ਆਪਾਂ ਹੁਣੇ ਤੋਂ ਉਤਰ ਜਾਂਦੇ ਹਾਂ ਅਤੇ ਲਾਈਮ ਆਪਾਂ ਪਾਉਂਦੇ ਅਗਲੇ ਐਪੀਸੋਡ ਦੇ ਵਿੱਚ, ਤੁਹਾਨੂੰ ਦੱਸਣਾ ਲਾਈਮ ਪਾ ਕੇ ਕਿੰਨਾ ਫਰਕ ਪਊਗਾ ਆਪਣੇ ਖੇਤ ਨੂੰ, ਠੀਕ ਹੈ ਜੀ। ਬਟ ਲਾਈਮ ਪਾਉਣ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਕਲਟੀਵੇਟ ਜ਼ਰੂਰ ਕਰਨਾ ਪਊਗਾ ਆਪਾਂ ਨੂੰ ਖੇਤ ਨੂੰ, ਕਲਟੀਵੇਟ ਕਰਕੇ ਉਹ ਤੋਂ ਬਾਅਦ ਆਪਾਂ ਲਾਈਮ ਪਾਵਾਂਗੇ, ਠੀਕ ਹੈ ਜੀ। ਅਤੇ ਮਿਲਦੇ ਹਾਂ ਵੀਰੇ ਨੈਕਸਟ ਐਪੀਸੋਡ ਦੇ ਵਿੱਚ, ਆਈ ਹੋਪ ਤੁਹਾਨੂੰ ਇਹ ਐਪੀਸੋਡ ਵਧੀਆ ਲੱਗਿਆ ਹੋਊਗਾ ਵੀਰੇ। ਅਤੇ ਨਾਟਕਾਂ ਦਾ ਮੋਡ ਆਪਾਂ ਤੁਹਾਨੂੰ ਜਿਹੜਾ ਤੁਸੀਂ ਦੇਖ ਰਹੇ ਹੋ ਤਾਂ ਜਲਦੀ ਹੀ ਦੇਵਾਂਗੇ, ਠੀਕ ਹੈ। ਤੁਸੀਂ ਵੀਡੀਓ ਦੇਖਦੇ ਰਹੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਸ਼ੇਅਰ ਜ਼ਰੂਰ ਕਰਿਓ, ਠੀਕ ਹੈ ਜੀ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਮਿਲਦੇ ਹਾਂ ਫਿਰ ਨੈਕਸਟ ਐਪੀਸੋਡ ਦੇ ਵਿੱਚ।